ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਸਤੋ ਅੱਜ ਤੁਹਾਨੂੰ ਵੱਡੀ ਖਬਰ ਦਿਖਾਉਣ ਜਾ ਰਹੇ ਹਾਂ। ਜ਼ੀਰਕਪੁਰ ਹਾਈਵੇਜ਼ ਰੋਡ ਚੰਡੀਗੜ੍ਹ ਦੇ ਇੱਕ ਕੰਟਰੇਲਰ ਨੂੰ ਲੱਗੀ ਅੱਗ, ਅਤੇ ਸੂਤਰਾਂ ਕੋਲੋਂ ਪਤਾ ਲੱਗਿਆ ਵੀ VIP ਬੈਗ ਦੇ ਭਰੇ ਹੋਏ ਬੰਬੇ ਤੋਂ ਗੱਡੀ ਚੱਲ ਕੇ ਆ ਰਹੀ ਸੀ ਜ਼ੀਰਕਪੁਰ ਹਾਈਵੇਜ਼ ਦੇ ਉੱਤੇ, ਉਹਦੀ ਗੱਡੀ 'ਚ ਅਚਾਨਕ ਅੱਗ ਲੱਗੀ ਹੈ ਜਿਹਦੇ ਤੁਹਾਨੂੰ ਦਿਖਾਉਣ ਜਾ ਰਹੇ। SK ਸ਼ਰਮਾ ਨੇ ਮੌਕੇ 'ਤੇ ਦੱਸਿਆ ਕਿ ਸਵੇਰੇ ਸਵੇਰੇ ਇੱਥੇ 7:30 ਵਜੇ ਜ਼ੀਰਕਪੁਰ ਨੈਸ਼ਨਲ ਹਾਈਵੇ ਦੇ ਉੱਤੇ ਇੱਕ ਬੰਦ ਕੰਟੇਨਰ ਨੂੰ ਅੱਗ ਲੱਗ ਗਈ ਹੈ ਜਿਹੜੀ ਬਹੁਤ ਹੀ ਭੀਸ਼ਣ ਰੂਪ ਰਹਿ ਰਹੀ ਹੈ। ਇੱਥੇ ਲਾਈਵ ਦਿਖਾ ਰਹੇ ਤੁਹਾਨੂੰ, ਅਤੇ ਮੈਂ ਤੁਹਾਡਾ ਆਪਣਾ SK ਸ਼ਰਮਾ, ਅਤੇ ਇਹ ਡਰਾਈਵਰ ਨੇ ਗੱਡੀ ਦੇ, ਅਤੇ ਇਹਨਾਂ ਨਾਲ ਸਾਡੀ ਗੱਲ ਹੋ ਰਹੀ, ਅਤੇ ਇਹ ਦੱਸਣਗੇ ਵੀ ਕਿੱਦਾਂ ਅੱਗ ਲੱਗੀ ਹੈਗੀ ਹੈ, ਅਤੇ ਇਹਨਾਂ ਨੂੰ ਪਤਾ ਨਹੀਂ ਲੱਗਾ, ਕਹਿੰਦੇ ਅਚਾਨਕ ਅੱਗ ਲੱਗ ਗਈ ਹੈ। ਤੈਨੂੰ ਤੁਹਾਡਾ ਨਾਂ ਜੀ? ਹਾਂ, ਅਮੀਰ ਤਾੜੀ ਖੜੀ ਕੇ ਇੱਧਰ ਪਹੁੰਚੇ ਤਾਂ ਦੇਖੇ ਧੂਆਂ ਨਿਕਲਾ, ਲੋਕਾਂ ਨੇ ਬੋਲਾ ਤੁਹਾਡੀ ਗੱਡੀ ਧੂਆਂ ਨਿਕਲਾ, ਜਦ ਦੇਖੇ ਪਤਾ ਲੱਗਾ ਅੱਗ ਲੱਗੀ। ਅੱਛਾ, ਔਰ ਮਾਲਿਕ ਕੋ ਆਪਣੇ ਬਤਾ ਦਿਆ? ਹਾਂ, ਮਾਲਿਕ ਕੋ ਬਤਾ ਦਿਆ। ਅੱਛਾ, ਮਾਲਿਕ ਸਭ ਪਾਰਟੀ ਵਾਲੇ ਕੋ ਬਤਾ ਦਿਆ? ਕਹਾਂ ਸੇ ਚਲੇ ਥੇ ਆਪ? ਬੰਬੇ ਸੇ। ਅੱਛਾ, ਔਰ ਯਹਾਂ ਮਾਲਿਕ ਜੋ ਹੈ ਆਪਕਾ ਵੋ ਆ ਗਏ ਹੈ ਸਭ? ਅਭੀ ਦਿਖਾਈ ਨਹੀਂ ਦੀ, ਆ ਗਏ ਹੋਂਗੇ, ਇਧਰੇ ਕਈ ਹੋਂਗੇ, ਅਭੀ ਮੁਲਾਕਾਤ ਨਹੀਂ ਹੋਈ। ਠੀਕ ਹੈ। ਉਹ ਤਾਂ ਲਗਾ ਜ਼ੀਰਕਪੁਰ ਨੈਸ਼ਨਲ, ਜ਼ੀਰਕਪੁਰ ਚੰਡੀਗੜ੍ਹ ਨੈਸ਼ਨਲ ਹਾਈਵੇ, ਬਿਲਕੁਲ ਨਾਲ ਇੱਕ ਕੰਟੇਨਰ, ਬੰਦ ਕੰਟੇਨਰ 'ਚ ਪਤਾ ਨਹੀਂ ਕਿਵੇਂ ਅੱਗ ਲੱਗ ਗਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਦੋਸਤੋ ਅੱਜ ਤੁਹਾਨੂੰ ਵੱਡੀ ਖਬਰ ਦਿਖਾਉਣ ਜਾ ਰਹੇ ਹਾਂ। ਜ਼ੀਰਕਪੁਰ ਹਾਈਵੇਜ਼ ਰੋਡ ਚੰਡੀਗੜ੍ਹ ਦੇ ਇੱਕ ਕੰਟਰੇਲਰ ਨੂੰ ਲੱਗੀ ਅੱਗ, ਅਤੇ ਸੂਤਰਾਂ ਕੋਲੋਂ ਪਤਾ ਲੱਗਿਆ ਵੀ VIP ਬੈਗ ਦੇ ਭਰੇ ਹੋਏ ਬੰਬੇ ਤੋਂ ਗੱਡੀ ਚੱਲ ਕੇ ਆ ਰਹੀ ਸੀ ਜ਼ੀਰਕਪੁਰ ਹਾਈਵੇਜ਼ ਦੇ ਉੱਤੇ, ਉਹਦੀ ਗੱਡੀ 'ਚ ਅਚਾਨਕ ਅੱਗ ਲੱਗੀ ਹੈ ਜਿਹਦੇ ਤੁਹਾਨੂੰ ਦਿਖਾਉਣ ਜਾ ਰਹੇ। SK ਸ਼ਰਮਾ ਨੇ ਮੌਕੇ 'ਤੇ ਦੱਸਿਆ ਕਿ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਸਤੋ ਅੱਜ ਤੁਹਾਨੂੰ ਵੱਡੀ ਖਬਰ ਦਿਖਾਉਣ ਜਾ ਰਹੇ ਹਾਂ। ਜੀਰਕਪੁਰ ਹਾਈਵੇਜ ਰੋਡ ਚੰਡੀਗੜ੍ਹ ਦੇ ਲਈ ਇੱਕ ਕੰਟਰੇਲਰ ਨੂੰ ਲੱਗੀ ਅੱਗ ਅਤੇ ਸੂਤਰਾਂ ਕੋਲੋਂ ਪਤਾ ਲੱਗਿਆ ਵੀ VIP ਬੈਗ ਦੇ ਭਰੇ ਹੋਏ ਬੰਬੇ ਤੋਂ ਗੱਡੀ ਚੱਲ ਕੇ ਆ ਰਹੀ ਸੀ ਜੀਰਕਪੁਰ ਹਾਈਵੇਜ ਦੇ ਉੱਤੇ, ਉਹਦੀ ਗੱਡੀ 'ਚ ਅਚਾਨਕ ਅੱਗ ਲੱਗੀ ਹੈ ਜਿਹਦੇ ਤੁਹਾਨੂੰ ਦਿਖਾਉਣ ਜਾ ਰਹੇ। SK ਸ਼ਰਮਾ ਨੇ ਮੌਕੇ 'ਤੇ ਦੱਸਿਆ ਕਿ